भारतीय किसान यूनियन एकता ग्राह वालों अज जेड़ा यूपी दे विच महापंचायत कट्ठी होण जा रही है सरकार दे काले कानूनां नूं लैके अज पंजाब दे विचों हरेक जिले दे विचों बहुत वड्डी गिणती दे विच किसान ते मजदूर साडियां मावां भैणां वड्डी गिणती दे विच खट्टर सरकार दे खिलाफ जो कि उन्होंने किसानां दे उत्ते अपना हक मंगदियां कौमां दे उत्ते वड्डा जुल्म ढाया लाठी चार्ज करिया ओह साडे बजुर्गां दे 70-70 साल दे 75 साल दे बजुर्गां दे ओह खट्टर दी सरकार ने पुलिस दे कर्मचारियां तों डांगा नाल बराइयां ने उन्हां दे उत्ते डांगा नाल कटवाया। इस मुद्दे दे उत्ते जिहड़ी अज अपनी वड्डी महापंचायत बीकेयू ग्राह समुचे किसान मोर्चे वल्लों होण जा रही है अज भरावो काले झाड़ टूल प्लाजे दे विच्चों जिवें बस तुसीं आ विच्चों भरी देखदे हो उसे तरह सवारियां उपर भी बैठियां ने। अज जिहड़ा साडा वड्डा कट्ठ आ ओह हरियाणे दे यूपी दे विच हरियाणा हुंदे होए कूच कर रहा जिहड़ी के कुलक्षेत्र जाट धर्मशाला दे विच साडी स्टे होणियां उत्थों दे साडे जिहड़े छोटे भरा ने हरियाणे दे किसान उन्हां ने साडा रहण दा बहुत वड्डा प्रबंध कीता जिहड़ा इतिहास रचण जा रहे हो भरावो जिहड़ा स्टेजां तों कहिंदे ते वी इहदा इतिहास बणना जिहड़ा हक होण चलिया ਉਹ ਲੋਕਾਂ ਨੂੰ ਐਵੇਂ ਲੱਗਦਾ ਸੀ ਆ ਹੁਣ ਜਿਉਂ ਜਿਉਂ ਭਰਾਵੋ ਟਾਈਮ ਪੈਂਦਾ ਜਾ ਰਿਹਾ ਜਿਹੜੇ ਜਾਗਦੇ ਜ਼ਮੀਰਾਂ ਵਾਲੇ ਆ ਲੋਕ ਬੈਠੇ ਨੇ ਅਜੇ ਸੁੱਤੀਆਂ ਜ਼ਮੀਰਾਂ ਵਾਲੇ ਘਰਾਂ 'ਚ ਬੈਠੇ ਨੇ ਆ ਵੀਡੀਓ ਭਰਾਵੋ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਿਉਂਕਿ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਦੀਆਂ ਜ਼ਮੀਰਾਂ ਜਾਗਣ ਆ ਜਿਹੜਾ ਹੱਤਿਆਚਾਰ ਹੋਇਆ ਆਪਣੇ ਛੋਟੇ ਭਾਈਆਂ ਤੇ ਹਰਿਆਣੇ ਦੇ ਕਿਸਾਨਾਂ ਤੇ ਉਹ ਹੱਤਿਆਚਾਰ ਨਾ ਹੋਵੇ ਉਹਦਾ ਵੀ ਕਾਰਨ ਸੀ ਜਿਹੜੀਆਂ ਸਰਕਾਰਾਂ ਨੇ ਉਹ ਗਿਣਤੀ ਦੇਖਦਿਆਂ ਨੇ ਭਰਾਵੋ ਤੁਹਾਡੀ ਕਿਸਾਨੋ ਇਹ ਨਹੀਂ ਵੀ ਆਪਣੇ ਆਗੂ ਜਾਂ ਮੁੱਠੀ ਭਰ ਕਿਸਾਨ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਦੇਣਗੇ ਇਹ ਉਦੋਂ ਰੱਦ ਹੋਣੇ ਨੇ ਜਦੋਂ ਤੁਹਾਡੀ ਗਿਣਤੀ ਤੋਂ ਬਾਹਰ ਹੋ ਗਈ ਜਦੋਂ ਤੁਹਾਡਾ ਇਕੱਠ ਕਾਬੂ ਤੋਂ ਬਾਹਰ ਹੋ ਗਿਆ ਜਿੱਧਰ ਦੇਖੋ ਆ ਕਿਸਾਨਾਂ ਦਾ ਝੰਡਾ ਤੇ ਡੰਡਾ ਦੀਦਾ ਹੋਵੇ ਉਦੋਂ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈਣੀ ਆ ਉਦੋਂ ਇਹ ਕਾਨੂੰਨ ਰੱਦ ਹੋਣਗੇ ਉਦੋਂ ਤੁਹਾਡੀ ਭੁਗਤ ਹੋਣੀ ਆ ਜਿਹੜੇ 70 ਸਾਲ ਹੋ ਗਏ ਇਹ ਸਰਕਾਰਾਂ ਨੂੰ ਕੋਲਾ ਬਦਲ ਕੇ ਰੰਗ ਬਦਲ ਕੇ ਪੱਗਾਂ ਬਦਲ ਕੇ ਨਿਸ਼ਾਨ ਬਦਲ ਕੇ ਇਹ ਸਰਕਾਰਾਂ ਆਉਂਦੀਆਂ ਨੇ ਆਪਦਾ ਲੁੱਟ ਲੁੱਟ ਕੇ ਰੁਪਈਆ ਵਿਦੇਸ਼ਾਂ ਦੇ ਵਿੱਚ ਜਾਇਦਾਦਾਂ ਬਣਾਉਂਦੀਆਂ ਨੇ ਉਹ ਜਾਗੋ ਮੇਰੇ ਵੀਰੋ ਜਿਹੜੇ ਤੁਸੀਂ ਰੈਲੀਆਂ 'ਚ ਜਾਂਦੇ ਹੋ ਕੀ ਦਿੰਦੇ ਨੇ ਤੁਹਾਨੂੰ ਤੁਸੀਂ ਮਰੀਆਂ ਜ਼ਮੀਰਾਂ ਵਾਲੇ ਹੋ ਤੁਸੀਂ ਦੇਖੋ ਆਪਦੇ ਮਾਂ ਪਿਓਆਂ ਨੂੰ ਉਹਨਾਂ ਦੀ ਸ਼ਹਿਦ ਕੀ ਆ ਆ 70 ਸਾਲਾਂ ਤੋਂ ਕੁਛ ਨਹੀਂ ਸਿੱਖਿਆ ਲਾਂ ਤਾਂ ਤੁਹਾਡੇ ਪੜ੍ਹਾਈਆਂ ਤੇ ਤੁਹਾਨੂੰ ਪੜ੍ਹਾਉਣ ਤੇ ਮਾਂ ਪਿਓ ਦੇ ਪਾਲਣ ਪੋਸਣ ਤੇ ਜਿਹੜਾ ਤੁਸੀਂ ਆ ਗੰਦੀਆਂ ਸਰਕਾਰਾਂ ਦੇ ਮਗਰ ਅਜੇ ਵੀ ਲੱਗੀ ਜਾਂਦੇ ਹੋ ਆ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਨੂੰ ਇੱਕ ਇਤਿਹਾਸ ਸਿਰਜਣ ਦੀ ਲੋੜ ਆ ਆਪਣੇ ਗੁਰੂ ਸਾਹਿਬਾਨ ਆਪਣੇ ਸ਼ਹੀਦ ਆਪਣੀ ਗੱਡੀ ਵੀ ਆ ਰਹੀ ਆ ਨਾਲ ਇਸ ਕਰਕੇ ਜਿਹੜਾ ਇਤਿਹਾਸ ਲਿਖਿਆ ਇਹ ਬਹੁਤ ਵੱਡਾ ਇਤਿਹਾਸ ਲਿਖਿਆ ਜਾਣਾ ਜਾਗੋ ਵੀਰੋ ਆ ਦਿੱਲੀ ਦੀ ਆ ਮੋਬਾਈਲਾਂ ਦੇ ਉੱਤੇ ਤੁਸੀਂ ਖਬਰਾਂ ਦੇ ਵਿੱਚ ਕੱਲ ਨੂੰ ਬਹੁਤ ਦੇਖੋਗੇ ਇਹਨੂੰ ਦੇਖ ਕੇ ਉੱਠੋ ਜਿਹੜਾ ਆਪਣਾ ਕਾਲੇ ਝਾੜ ਬਲਾਕ ਭਵਾਨੀਗੜ੍ਹ ਟੂਲ ਪਲਾਜੇ ਤੇ ਆਪਾਂ ਨੇ ਵੱਡਾ ਸ਼ੈੱਡ ਬਣਾਇਆ ਉਹ ਸ਼ੈੱਡ ਦੇ ਵਿੱਚ ਗਿਣਤੀ ਤੁਹਾਡੀ ਬੈਠੇ ਨਾ ਇਕੱਠ ਵੱਡੇ ਹੋਣ ਤਾਂ ਇਹ ਸਰਕਾਰਾਂ ਹਿੱਲਣਗੀਆਂ ਇਹ ਨਾ ਸੋਚੋ ਵੀ ਕਾਲੇ ਝਾੜ ਬੈਠ ਕੇ ਅਸੀਂ ਕੀ ਕਰ ਲਾਂਗੇ ਕਾਨੂੰਨ ਦਿੱਲੀ 'ਚ ਨੇ ਇਕੱਠ ਦਿੱਲੀ 'ਚ ਇਹ ਭਰਾਵੋ ਤੁਹਾਡੀਆਂ ਬਰੋਟੇ ਦੀਆਂ ਜੜ੍ਹਾਂ ਨੇ ਜਦੋਂ ਇਹ ਜੜ੍ਹਾਂ 'ਚ ਪਾਣੀ ਪੈ ਗਿਆ ਇਹ ਜੜ੍ਹਾਂ ਫੁੱਲ ਗਈਆਂ ਦਰਖਤ ਆਪ ਹੀ ਮੋਟਾ ਹੋਜੂਗਾ ਆਪ ਹੀ ਦਿੱਲੀ 'ਚ ਇਕੱਠ ਵੱਜ ਜਾਣਗੇ ਇਹ ਤੁਹਾਡੀਆਂ ਜੜ੍ਹਾਂ ਨੂੰ ਸੰਭਾਲੋ ਇਹ ਜੜ੍ਹਾਂ 'ਚ ਪਾਣੀ ਪਾਓ ਉੱਠ ਕੇ ਆਓ ਪਿੰਡਾਂ ਦੇ ਵਿੱਚੋਂ ਸਪਰੇਹਾਂ ਹੋ ਗਈਆਂ ਖਾਦਾਂ ਪੈ ਗਈਆਂ ਦੋ ਪਾਣੀ ਜੀਰੀ ਨੂੰ ਆ ਕੇ ਜੀਰੀ ਨੇ ਪੱਕ ਜਾਣਾ ਭਰਾਵੋ ਜ਼ਿਆਦਾ ਪਾਣੀ ਦੀ ਵੀ ਲੋੜ ਨਹੀਂ ਇੱਕ ਬੰਦਾ ਚਾਰ ਮੋਟਰਾਂ ਆਪਣੇ ਗਵਾਂਢੀਆਂ ਦੀਆਂ ਸਾਂਭ ਸਕਦਾ ਬਾਕੀ ਲੋਕ ਆਪਾਂ ਆ ਸਕਦੇ ਹਾਂ ਨਾਲ ਬੇਨਤੀ ਆ ਸਾਡੀਆਂ ਮਾਵਾਂ ਭੈਣਾਂ ਨੂੰ ਉਹ ਵੀ ਗਿਣਤੀ ਵਧਾਉਣ ਪੰਪਾਂ ਦੇ ਉੱਤੇ ਪੰਜਾਬ ਤੇ ਥਾਂ ਥਾਂ ਤੇ ਜਿੱਥੇ ਧਰਨੇ ਜਾਂਦੇ ਨੇ
ਜਿਹੜਾ ਸਾਡਾ ਵੀਰ ਦੇਖੇ ਉਹ ਗੱਲ ਸਮਝ ਲਏ ਇਹ ਛੋਟੀ ਲੜਾਈ ਆ ਅਣਖਾਂ ਦੀ ਇੱਜ਼ਤਾਂ ਦੀ ਚੁੱਲ੍ਹਿਆਂ ਦੀ ਆਉਣ ਵਾਲੀਆਂ ਨਸਲਾਂ ਦੀ ਇਸ ਕਰਕੇ ਭਰਾਵੋ ਇਹਨੂੰ ਸਮਝੋ ਆ ਸਰਕਾਰਾਂ ਦੇ ਮਗਰ ਨਾਲ ਲੱਗੋ ਜਿਹੜੇ ਪਹਿਲਾਂ ਆਪਾਂ ਆਪਣੇ ਮੰਤਰੀਆਂ ਨੂੰ ਵਿਆਹਾਂ 'ਚ ਬੁਲਾਉਂਦੇ ਤੇ ਉਹ ਬੁਲਾਉਣੋਂ ਹਟ ਗਏ ਜਿਹੜੇ ਉਹਨਾਂ ਦੇ ਗਲਾਂ 'ਚ ਹਾਰ ਪਾਉਂਦੇ ਤੇ ਉਹ ਵੀ ਪਾਉਣੋਂ ਹਟ ਗਏ ਜਿਹੜੇ ਆਪਾਂ ਉਹਨਾਂ ਨੂੰ ਲੱਡੂਆਂ ਨਾਲ ਤੋਲਦੇ ਤੇ ਅੱਜ ਦੇਖੋ ਤੁਸੀਂ ਤੋਲਦੇ ਹੋ ਪਰ ਵੱਡੀ ਨਲਾਇਕੀ ਆ ਆਪਣੇ ਸਰਕਾਰਾਂ ਦੀ ਇਹ ਇੱਕ ਨੇ ਮਿਲੀਆਂ ਜੁਲੀਆਂ ਨੇ ਕੋਈ ਘੱਟ ਨਹੀਂ ਅਜੇ ਜਾ ਕੇ ਫਰਵਰੀ ਦੇ ਲਗਭਗ ਚੋਣਾਂ ਹੋਣੀਆਂ ਨੇ ਅਜੇ ਮਹੀਨਾ ਨੌਵਾਂ ਚੜਿਆ ਇਹਨਾਂ ਨੇ ਪਹਿਲਾਂ ਹੀ ਅੱਡੀਆਂ ਨੂੰ ਥੁੱਕ ਲਾ ਲਿਆ 5 ਮਹੀਨੇ ਕਿਉਂ ਤੁਹਾਡਾ ਮਾਹੌਲ ਖਰਾਬ ਕਰਨਾ ਆਪਾਂ ਨੇ ਮਾਹੌਲ ਨਹੀਂ ਖਰਾਬ ਕਰਨਾ ਜਦੋਂ ਇਹ ਪਿੰਡਾਂ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਘੜਮ ਚੌਧਰੀ ਲਾਓ ਸਮਿੰਟ ਕਰਦੇ ਨੇ ਭਰਾਵੋ ਇਕੱਠਾਂ ਦੇ ਵਿੱਚ ਨਾ ਜਾਓ ਜਦੋਂ ਤੁਸੀਂ ਇਕੱਠਾਂ 'ਚ ਨਹੀਂ ਜਾਓਗੇ ਉਦੋਂ ਇਹਨਾਂ ਨੇ ਮੁੜ ਕੇ ਨਹੀਂ ਆਉਣਾ ਇਹ ਇਕੱਠ ਪੁੱਛਦੇ ਨੇ ਪਹਿਲਾਂ ਆਪਦੇ ਘੜਮ ਚੌਧਰੀਆਂ ਨੂੰ ਵੀ ਕਿਸਾਨ ਕਿੰਨੇ ਕੁ ਇਕੱਠੇ ਹੋਏ ਨੇ ਵਿਰੋਧ ਵਾਲੇ ਤਾਂ ਨਹੀਂ ਆਏ ਇਸ ਕਰਕੇ ਬੇਨਤੀ ਕਰਦੇ ਹਾਂ ਇਹ ਗੱਲਾਂ ਤੋਂ ਸਮਝੋ ਮਾਹੌਲ ਨਾ ਖਰਾਬ ਕਰੋ ਕਿ ਰਾਸ਼ਟਰਪਤੀ ਰਾਜ ਲੱਗ ਜੇ ਇਹ ਸਰਕਾਰਾਂ ਕਾਨੂੰਨ ਆਪਦੇ ਪਗਾ ਜਾਣ ਆਗੂਆਂ ਦੇ ਕਹਿਣ ਤੇ ਜਥੇਬੰਦੀ ਦੇ ਆਗੂਆਂ ਦੇ ਕਹਿਣ ਤੇ ਉਸ ਗੱਲਾਂ ਤੇ ਚੱਲੀਏ ਤਾਂ ਹੀ ਤੁਹਾਡੀ ਭੁਗਤ ਹੋਊ ਭਰਾਵੋ ਤਾਂ ਹੀ ਗੋਡਿਆਂ ਭਰਨੇ ਸਰਕਾਰ ਨੂੰ ਤੁਸੀਂ ਦੇਖੋਗੇ ਆਹ ਵੱਡੇ ਇਕੱਠ ਨੇ ਜਿਹੜੇ ਯੂਪੀ 'ਚ ਜਾ ਰਹੇ ਨੇ ਤੁਸੀਂ ਦੇਖ ਲਓਗੇ ਖਬਰਾਂ ਆਹ ਵੱਧ ਤੋਂ ਵੱਧ ਵੀਡੀਓ ਨੂੰ ਭਰਾਵੋ ਸ਼ੇਅਰ ਕਰਿਓ ਜਿਹੜੀਆਂ ਦੇਖਦਾ ਵੀਰ ਆ ਉਹ ਵੱਧ ਤੋਂ ਵੱਧ ਇੱਕ ਇੱਕ ਦੋ ਦੋ ਵੀਰਾਂ ਨੂੰ ਖੁੰਡਾਂ ਦੇ ਸੱਥਾਂ ਤੇ ਚਰਚਾ ਕਰੋ ਤਾਂ ਜੋ ਆਪਾਂ ਗੱਡੀਆਂ ਭਰ ਭਰ ਟਰਾਲੀਆਂ ਭਰ ਭਰ ਟਰੱਕ ਭਰ ਭਰ ਆਪਣੇ ਚੱਲ ਰਹੇ ਜਿਹੜੇ ਟੂਲ ਪਲਾਜਿਆਂ ਤੇ ਧਰਨੇ ਨੇ ਪੰਪਾਂ ਤੇ ਮੌਲਾਂ ਤੇ ਸਾਰਿਆਂ ਦੇ ਵਿੱਚ ਆਪਾਂ ਹਾਜ਼ਰੀ ਲਵਾਈਏ ਤਾਂ ਕਿ ਭਰਾਵੋ ਇਹ ਸਰਕਾਰ ਨੂੰ ਸਿੱਟ ਲਈਏ ਜਿਹੜੀਆਂ ਤੁਹਾਡੀਆਂ ਭੁਗਤਾਂ ਨੇ ਭੁਗ ਜਾਣ ਵੱਡੀ ਸ਼ਕਤੀ ਇਕੱਠੀ ਕਰਕੇ ਤੁਹਾਡੀ ਉਹ ਸਰਕਾਰ ਹੋਣੀ ਆ ਭਰਾਵੋ ਇਹ ਸਰਕਾਰਾਂ ਦੀ ਸਰਕਾਰ ਨਹੀਂ ਰਹਿਣੀ ਇੰਨਾ ਕਹਿੰਦਾ ਖਿਮਾ ਦਾ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰਦਾਬਾਦ ਇੰਨਾ ਕਹਿੰਦੇ ਖਿਮਾ ਦੇ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ